ਕਿਸੇ ਨੇ ਵੀਰ ਨਾਲ ਗੱਲ ਕਰਦਾ ਸੀਗਾ ਵੀ ਚਲੋ ਬੜੇ ਨਿਆਣੇ ਆ ਕਿ ਵੀ ਪਰਚਾ ਕਿਹੜਾ ਹੋਊਗਾ ਵੀ ਜਿਹੜਾ ਸੇਵਾ ਲਊਗਾ। ਤੇ ਸਾਡੇ ਉਰੀ ਹੈਗੇ ਨੇ ਐਡਵੋਕੇਟ ਜਸਪ੍ਰੀਤ ਸਿੰਘ ਪਟਿਆਲਾ ਤੋਂ, ਤੇ ਉਹ ਕਹਿੰਦੇ ਸੀਗੇ ਕਿ ਵੀ ਕੋਈ ਨੀ ਵੀ 2-4-6 ਮਹੀਨੇ ਸਾਲ ਬਾਅਦ ਜਮਾਨਤਾਂ ਹੋ ਜਾਣਗੀਆਂ। ਤੇ ਮਨ ਬੜਾ ਮਤਲਬ ਬੜੇ ਦਿਨਾਂ ਤੋਂ ਸੀ ਵੀ ਇਹ ਪਰਮਾਤਮਾ ਨੇ ਸੇਵਾ ਕਿਉਂ ਨੀ ਲਈ ਸਾਡੇ ਤੋਂ, ਨਹੀਂ ਚਲੋ ਕਿਉਂ ਨੀ ਸੇਵਾ ਜਦ ਸੇਵਾ ਕੋਈ ਲੈ ਲੈਣੀ ਲੈਣੀ ਮਾਰਨ ਲੈ ਲੈਣੀ, ਚਲੋ ਏਦਾਂ ਸੋਚਣਾ ਨਹੀਂ ਚਾਹੀਦਾ। ਚਲੋ ਤੁਸੀਂ ਕੰਮ ਕਾਰ ਕਰਨ ਵਾਲੇ ਹੋ, ਤੁਹਾਡੇ ਸਿਰ ਤੇ ਤੁਹਾਡੇ ਪਿਤਾ ਦਾ ਸਾਇਆ ਵੀ ਨਹੀਂ ਹੈਗਾ, ਸਿੱਧੀ ਪੱਧਰੀ ਗੱਲ ਕਹਾਂਗਾ। ਤੁਸੀਂ ਬੜੀ ਮਿਹਨਤ ਨਾਲ ਆਪਣਾ ਕੰਮ ਕਾਰ ਖੜਾ ਕੀਤਾ ਹੈ ਨਾ, ਬੜੀ ਮਿਹਨਤ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਸਾਂਭਦੇ ਪਿਓ। ਚਲੋ ਫਿਰ ਵੀ ਦਰਦ ਤੁਹਾਡੇ ਅੰਦਰ ਹੈਗਾ, ਚੰਗੀ ਗੱਲ ਹੈ। ਬਿਲਕੁਲ ਹਾਂਜੀ ਬਿਲਕੁਲ ਜੀ, ਮਨ ਅੱਜ ਬੜਾ ਬੜਾ ਨਿਹਾਲ ਹੀ ਨਿਹਾਲ ਹੋਇਆ ਪਿਆ ਅੱਜ ਚਲੋ ਜਨਮਨ ਚ, ਮਤਲਬ ਨਾ ਮਤਲਬ ਬੜੀ ਖੁਸ਼ੀ ਹੋਈ ਪਈ ਅੱਜ ਚਲੋ ਗੁਰੂ ਗੁਰੂ ਸਾਹਿਬ ਸਾਹਿਬ ਕਿਰਪਾ ਕਿਰਪਾ ਕਰਨ। ਕਰਨ। ਮੈਂ ਮੈਂ ਅੱਜ ਅੱਜ ਤੋਂ ਤੋਂ ਨਾ ਨਾ ਕੁਛ ਕੁਛ ਸਮਾਂ ਸਮਾਂ ਪਹਿਲਾਂ ਪਹਿਲਾਂ ਮੈਂ ਮੈਂ ਲਾਈਵ ਲਾਈਵ ਹੋਇਆ ਹੋਇਆ ਸੀ, ਸੀ, ਮੈਂ ਮੈਂ ਬੜਾ ਬੜਾ ਮਨ ਮਨ ਭਰਾਵ ਭਰਾਵ ਸੀ, ਸੀ, ਰੋਇਆ ਰੋਇਆ ਬਹੁਤ ਬਹੁਤ ਸੀ। ਸੀ ਮੈਂ ਮੈਂ ਦੋ ਦੋ ਢਾਈ ਢਾਈ ਵਜੇ ਵਜੇ ਲਾਈਵ ਲਾਈਵ ਹੋਇਆ ਹੋਇਆ ਸੀ ਸੀ ਜਿਸ ਦਿਨ ਦਿਨ ਖੇਡ ਖੇਡ ਵਾਪਰੀ ਵਾਪਰੀ ਹੈ ਹੈ ਤੇ ਤੇ ਉਹ ਉਹ ਲਾਈਵ ਲਾਈਵ ਸ਼ਾਇਦ ਸ਼ਾਇਦ ਮੇਰਾ ਮੇਰਾ ਡਿਲੀਟ ਡਿਲੀਟ ਹੋ ਹੋ ਗਿਆ ਗਿਆ ਸੀ ਸੀ ਤੇ ਤੇ ਉਹ ਉਹ ਡਿਆ ਡਿਆ ਨਹੀਂ, ਨਹੀਂ ਉਹ ਉਹ ਬੜੇ ਬੜੇ ਲੋਕਾਂ ਲੋਕਾਂ ਨੇ ਨੇ ਜਿਹੜੇ ਜਿਹੜੇ ਆਪਣੇ ਆਪਣੇ ਵਿਰੋਧੀ ਵਿਰੋਧੀ ਨੇ ਨੇ ਤੇ ਤੇ ਸ਼ਿਵ ਸ਼ਿਵ ਸੈਨਾ ਸੈਨਾ ਦੇ ਦੇ ਸਪੋਰਟਰ, ਸਪੋਰਟਰ ਉਹਨਾਂ ਉਹਨਾਂ ਨੇ ਨੇ ਫੋਟੋ ਫੋਟੋ ਖਿੱਚ 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 ਕੇ ਕੇ ਅਪਲੋਡ ਅਪਲੋਡ ਕੀਤੀਆਂ ਕੀਤੀਆਂ ਸੀਗੀਆਂ। ਸੀਗੀਆਂ ਕਪੂਰਥਲੇ ਵਾਲੀ ਕੋਈ ਗੱਲ ਤੋਂ ਕਿਸੇ ਬੰਦੇ ਨਾਲ ਕੰਟਰੋਵਰਸੀ ਚੱਲਦੀ ਸੀਗੀ ਮੇਰੀ, ਤੇ ਜਦੋਂ ਆ ਮੋਰਿੰਡੇ ਵਾਲੀ ਘਟਨਾ ਹੋਈ ਤੇ ਉਹ ਬੰਦਾ ਕਹਿੰਦਾ ਕਿ ਵੀ ਨਹੀਂ ਯਾਰ ਜੇ ਗਲਤ ਹੋਇਆ। ਮੈਂ ਕਿਹਾ ਜਦੋਂ ਗਲਤ ਹੋਇਆ ਕਪੂਰਥਲੇ ਵੀ ਇਹੀ ਕਾਂਡ ਸੀ, ਮੈਂ ਸੇਵਾ ਤਿੰਨ ਸੌ ਪਰ ਦੋ ਜਿਹਨੇ, ਚ ਕੱਟ ਗਿਆ। ਹਾਂ ਜਿਹਨੇ ਸੇਵਾ ਲੈਣੀ ਸੀ ਉਹ 307 ਦਾ ਵੀ ਪਰਚਾ ਜਰਿਆ, ਉਹ 302 ਦਾ ਵੀ ਜਰਿਆ। ਫਿਰ ਉਹ ਪਟਿਆਲੇ ਬੰਦੇ ਵਾਲੇ ਦੀ ਵੀ ਨਾ ਨਾਲ ਜਰੇ। ਮਤਲਬ ਬੜੀ ਨੈਗੇਟਿਵਿਟੀ ਸੀਗੀ ਇਸ ਟੌਪਿਕ ਤੇ, ਪਰ ਉਹ ਬੰਦਾ ਕਹਿੰਦਾ ਨਹੀਂ ਯਾਰ ਅੱਜ ਅਸੀਂ ਨਾ ਬਰਜਿੰਦਰ ਸਿੰਘ ਪਰਵਾਨਾ ਦੇ ਸਪੋਰਟੀ ਆ, ਮਤਲਬ ਨਾਲ ਖੜੇ ਆ। ਤੇ ਚਲੋ ਮਹਾਰਾਜ ਕਿਰਪਾ ਕਰਨ, ਜਿਹਨੇ ਵੀ ਸੇਵਾ ਲਈ ਸਪੋਰਟਾਂ ਵੀ ਨਹੀਂ, ਆਪਾਂ ਆਪਾਂ ਸਾਰੇ ਸਾਰੇ ਆਪਣੇ ਆਪਣੇ ਪੰਥ ਪੰਥ ਨੂੰ ਨੂੰ ਕਰੀਏ ਕਰੀਏ ਰਲ ਰਲ ਮਿਲ ਮਿਲ ਕੇ ਕੇ ਹੈ ਨਾ, ਹੈ ਨਾ ਆਪਣੀ ਆਪਣੀ ਕੌਮ ਕੌਮ ਨੂੰ ਨੂੰ ਕਰੀਏ। ਕਰੀਏ ਚਲੋ ਚਲੋ ਕਿਸੇ ਕਿਸੇ ਬੰਦੇ ਬੰਦੇ ਦੇ ਦੇ ਸਪੋਰਟਰ ਸਪੋਰਟਰ ਹੋਣਾ ਹੋਣਾ ਮੈਂ ਮੈਂ ਨਹੀਂ ਨਹੀਂ ਸਮਝਦਾ, ਸਮਝਦਾ, ਕੋਈ ਕੋਈ ਵੱਡੀ ਵੱਡੀ ਗੱਲ ਗੱਲ ਹੈ। ਹੈ ਆਪਾਂ ਆਪਾਂ ਆਪਣੀ ਆਪਣੀ ਕੌਮ ਕੌਮ ਦੇ ਦੇ ਸਪੋਰਟਰ ਸਪੋਰਟਰ ਹੋਈਏ। ਹੋਈਏ। ਬੰਦਾ ਬੰਦਾ ਗਲਤ ਗਲਤ ਹੋ ਹੋ ਸਕਦਾ ਸਕਦਾ ਹੈ, ਹੈ, ਬੰਦੇ ਬੰਦੇ ਦੀ ਦੀ ਸੋਚ ਸੋਚ ਗਲਤ ਗਲਤ ਹੋ ਹੋ ਸਕਦੀ ਸਕਦੀ ਹੈ, ਹੈ, ਪਰ ਪਰ ਕੌਮ ਕੌਮ ਦੇ ਦੇ ਸਿਧਾਂਤ ਸਿਧਾਂਤ ਜਿਹੜੇ ਜਿਹੜੇ ਨੇ ਨੇ ਉਹ ਉਹ ਗੁਰੂ ਗੁਰੂ ਪਾਤਸ਼ਾਹ ਪਾਤਸ਼ਾਹ ਦੇ ਦੇ ਬਣਾਏ ਬਣਾਏ ਹੋਏ ਹੋਏ ਨੇ, ਨੇ, ਸੋ ਸੋ ਨਾ ਨਾ ਸਿਧਾਂਤਾਂ ਸਿਧਾਂਤਾਂ ਤੇ ਤੇ ਚੱਲਣਾ ਚੱਲਣਾ ਸਾਡਾ ਸਾਡਾ ਸਾਰਿਆਂ ਸਾਰਿਆਂ ਦਾ ਦਾ ਫਰਜ਼ ਫਰਜ਼ ਹੈ। ਹੈ। ਸੋ ਸੋ ਠੀਕ ਠੀਕ ਹੈ, ਹੈ, ਫਿਰ ਫਿਰ ਸਵੇਰੇ ਸਵੇਰੇ ਕੱਲ ਨੂੰ ਕੱਲ ਨੂੰ ਪਾਰਟੀ ਪਾਰਟੀ ਕਰਦੇ ਕਰਦੇ ਹਾਂ, ਹਾਂ, ਫਿਰ ਫਿਰ ਆ ਆ ਜਾ ਜਾ ਦੁਪਹਿਰ ਦੁਪਹਿਰ ਤੋਂ ਤੋਂ ਬਾਅਦ, ਬਾਅਦ ਕੱਲ ਕੱਲ ਮੈਂ ਮੈਂ ਸਵੇਰੇ ਸਵੇਰੇ ਬਿਜ਼ੀ ਬਿਜ਼ੀ ਆ, ਆ, ਬੱਚਿਆਂ ਬੱਚਿਆਂ ਦਾ ਦਾ ਪ੍ਰੋਗਰਾਮ ਪ੍ਰੋਗਰਾਮ ਹੈ, ਹੈ, ਤੇ ਤੇ ਪੈਰ ਪੈਰ ਦਾ ਦਾ ਬਿੱਲਾਂ ਲੰਚ ਲੰਚ ਤੇਰੇ ਤੇਰੇ ਵੱਲੋਂ ਵੱਲੋਂ ਕਿ ਕਿ ਮੇਰੇ ਮੇਰੇ ਵੱਲੋਂ? ਵੱਲੋਂ ਜਿੰਨੇ ਨਹੀਂ ਵੀ ਚੱਲ ਹੋਣਗੇ ਮੈਂ ਸਭ ਜਦੋਂ ਨੂੰ ਤੂੰ ਤੂੰ ਰਾਜਪੁਰੇ ਰਾਜਪੁਰੇ ਆਏਗਾ ਆਏਗਾ ਫਿਰ ਫਿਰ ਮੈਂ ਮੈਂ ਹੀ ਹੀ ਕਰਾਂਗਾ, ਕਰਾਂਗਾ, ਮੇਰੀ ਮੇਰੀ ਜ਼ਿੰਮੇਵਾਰੀ ਜ਼ਿੰਮੇਵਾਰੀ ਹੈ, ਹੈ, ਕੱਲ ਕੱਲ ਮੇਰੀ ਮੇਰੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਹੈ, ਕੋਈ ਚੱਲ ਚੱਕਰ ਨਹੀਂ, ਨਹੀਂ, ਕੱਲ ਕੱਲ ਪੱਕਾ ਪੱਕਾ ਡਨ ਡਨ ਆਪਣਾ। ਆਪਣਾ ਠੀਕ ਠੀਕ ਹੈ ਹੈ ਵਿਨੀ ਵਿਨੀ ਜੀ, ਜੀ ਹੁੰਦੇ ਹੁੰਦੇ ਵਾਸਤੇ ਵਾਸਤੇ ਰੱਖੋ, ਰੱਖੋ, ਸ਼ੁਰੂ ਸ਼ੁਰੂ, ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਵੇ ਸਵੇ ਸਾਡਾ ਸਾਡਾ ਜਿਹੜਾ ਜਿਹੜਾ ਸੀਗਾ ਸੀਗਾ ਵਿਨੀ ਵਿਨੀ ਜਿਹੜਾ ਜਿਹੜਾ ਸੀਗਾ ਸੀਗਾ ਤੇ ਤੇ ਜੁਟਿਆ ਜੁਟਿਆ ਹੋਇਆ ਹੋਇਆ ਸੀਗਾ ਸੀਗਾ ਭਰਾ ਭਰਾ ਸਾਡਾ ਸਾਡਾ ਜਿਉਂਦਾ ਜਿਉਂਦਾ ਅਵਸਥਾ ਅਵਸਥਾ ਦੇ ਦੇ ਕੁਛ ਕੁਛ ਨੇ, ਨੇ, ਬੜੀ ਬੜੀ ਮਿਹਨਤ ਮਿਹਨਤ ਨਾਲ ਨਾਲ ਇਸ ਇਸ ਵੀਰ ਵੀਰ ਨੇ ਨੇ ਆਪਣਾ ਆਪਣਾ ਕੰਮ ਕੰਮ ਕਾਰ ਕਾਰ ਛੱਡ ਛੱਡ ਕੀਤਾ ਕੀਤਾ ਹੈ ਹੈ ਪਿਤਾ ਪਿਤਾ ਜੀ ਜੀ ਬਹੁਤ ਬਹੁਤ ਛੋਟੀ ਛੋਟੀ ਉਮਰ ਉਮਰ ਸੀ ਸੀ ਜਦੋਂ ਜਦੋਂ ਸ੍ਰੀ ਸ੍ਰੀ ਛੱਡ ਛੱਡ ਗਏ ਗਏ ਸੀਗੇ, ਸੀਗੇ, ਬੜੀ ਬੜੀ ਮਿਹਨਤ ਮਿਹਨਤ ਕਰਦਾ ਕਰਦਾ ਹੈ ਹੈ ਵੀਰ, ਵੀਰ, ਬੜੀ ਬੜੀ ਮਿਹਨਤ ਮਿਹਨਤ ਕਰਦਾ ਕਰਦਾ ਹੈ। ਹੈ। ਸੋ ਸੋ ਖੁਸ਼ੀ ਖੁਸ਼ੀ ਹੈ। ਹੈ। ਚਲੋ ਚਲੋ ਹਰ ਹਰ ਇੱਕ ਇੱਕ ਨੂੰ ਨੂੰ ਕੋਈ ਕੋਈ ਨਹੀਂ, ਨਹੀਂ ਹਾਂ ਹਾਂ ਕੋਈ ਕੋਈ ਬੰਦਾ ਬੰਦਾ ਕੈਮਰੇ ਕੈਮਰੇ ਮੂਹਰੇ ਮੂਹਰੇ ਆਉਂਦਾ, ਆਉਂਦਾ, ਸੋਸ਼ਲ ਸੋਸ਼ਲ ਮੀਡੀਆ ਮੀਡੀਆ ਸਾਹਮਣੇ ਸਾਹਮਣੇ ਆਉਂਦਾ, ਆਉਂਦਾ, ਪਰ ਪਰ ਫੇਰ ਫੇਰ ਵੀ ਵੀ ਆ ਆ ਜਾਂਦਾ ਜਾਂਦਾ ਹੈ, ਹੈ, ਕਿਉਂਕਿ ਕਿਉਂਕਿ ਜਜ਼ਬਾਤੀ ਹੈ ਨੌਜਵਾਨ, ਭਾਵਨਾਵਾਂ ਦੇ ਵੇਗ ਚ ਵਹਿਣ ਵਾਲਾ। ਸਾਗਰ ਸ਼ਰਮਾ ਜੀ ਧੰਨਵਾਦ, ਤੁਸੀਂ ਠੀਕ ਹੋ ਵੀਰ? ਸਾਂਖਲਾ ਰਕੇਸ਼ ਜੀ ਤੁਹਾਡਾ ਮੈਸੇਜ ਮੈਂ ਉੱਪਰ ਚਲਾ ਗਿਆ। ਹਰਸਿਮਰਨ ਕੀ ਹਾਲ ਹੈ? ਤੇ ਚਲੋ ਗੁਰੂ ਹਰਸਿਮਰਨ ਕੋਈ ਨਹੀਂ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਚਲੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹ ਹੁਣ ਚੜ੍ਹ ਗਿਆ ਕੋਈ।
ਹੁਣ ਜਾ ਕੇ ਚਲਾਨ ਪੇਸ਼ ਹੋਏ ਪਏ ਹੁੰਦੇ ਨੇ, ਹੁਣ ਜਾ ਕੇ ਰਿਪੋਰਟਾਂ ਪੇਸ਼ ਹੁੰਦੀਆਂ ਪਈਆਂ ਨੇ ਯਾਰ, 8-8 ਸਾਲ ਬਾਅਦ ਹੀ। ਵਜੇ ਇਹ ਨਹੀਂ ਪਤਾ ਕੇਸ 20 ਸਾਲ ਚੱਲੇ, ਆ ਬਾਦਲ ਚਲਿਆ ਹੀ ਗਿਆ, ਬਾਦਲ ਦਾ ਨਾਂ ਆ ਉਸ ਬਰਗਾੜੀ ਕਾਂਡ ਵਿੱਚ, ਪਰ ਕੀ ਸਜ਼ਾ ਭੁਗਤੀ, ਚਲਿਆ ਹੀ ਗਿਆ 8 ਸਾਲ ਬਾਅਦ, ਉਸੇ ਤਰ੍ਹਾਂ ਮਰ ਮੁੱਕ ਜਾਣਾ ਉਹਨਾਂ ਨੇ। ਚੱਲ ਠੀਕ ਹੈ ਯਾਰ, ਗੁਰਪ੍ਰੀਤ ਮੋਂਟੀ ਵੀਰੇ ਮੌਤ ਨਹੀਂ ਤੇ ਮਰਡਰ ਹੈ, ਜਿੰਨੇ ਮਰਜ਼ੀ ਕੀਤਾ ਉਹ ਜਿੰਦਾ ਰਹੇ, ਜਿੰਨੇ ਕੀਤਾ ਯਾਰ, ਹੁਣ ਤੁਸੀਂ ਆਪਣੀ ਸੋਚ ਆ, ਸਾਡੀ ਆਪਣੀ ਸੋਚ ਆ, ਹਰ ਇੱਕ ਇਨਸਾਨ ਨੂੰ ਆਪਣੀ ਆਪਣੀ ਸੋਚ ਨੂੰ ਸੋਚਣ ਦਾ ਹੱਕ ਹੈ, ਤੁਸੀਂ ਆਪਣੀ ਸੋਚ ਸੋਚੋ, ਅਸੀਂ ਇਹਦੇ ਨਾਲ ਐਗਰੀ ਹਾਂ, ਜੋ ਹੋਇਆ ਠੀਕ ਆ। ਖੁਲਾਸੇ ਜਿਹੜੇ ਹੋਣੇ ਸੀ ਉਹ 5-7 ਦਿਨ 'ਚ ਹੀ ਹੋ ਜਾਣੇ ਸੀ, ਜਿਹੜੇ ਹੋਣੇ ਸੀ, ਸੋ ਇਸ ਕਰਕੇ ਜੇ ਹੁੰਦੇ ਵੀ ਤੇ ਕਿਹਨੇ ਦੱਸਣੇ ਸੀ, ਪੁਲਿਸ ਨੇ ਦੱਸਣੇ ਸੀ ਜਾਂ ਸਰਕਾਰਾਂ ਨੇ ਦੱਸਣੇ ਸੀ, ਉਹਨਾਂ ਦੀ ਕਸਟਡੀ 'ਚ ਸੀ, ਹੋਰ ਖੁਲਾਸੇ ਕਿਹਨੇ ਕਰਨੇ ਸੀ, ਹੈ ਨਾ। ਗੁਰਸਿਮਰਨ ਗੁਗਰੀ ਬਾਈ ਢੱਡਰੀ ਵੀਰ ਆਪਣਾ ਲੱਗਾ ਹੋਇਆ ਇਸ ਸਮੇਂ ਪ੍ਰਚਾਰ ਕਰਨ ਵਾਸਤੇ ਸ਼ਬਾਬ ਕਬਾਬ ਦਾ, ਤੇ ਉਹ ਵੀਰ ਉਧਰ ਬਿਜ਼ੀ ਆ, ਸੋ ਦੇ ਡੋਂਟ ਹੈਵ ਟਾਈਮ ਫੋਰ ਦਿਸ ਟੌਪਿਕ। ਸੋ ਅੱਜ ਕੱਲ੍ਹ ਉਹ ਬਲੌਗਰ ਬਣੇ ਹੋਏ ਨੇ, ਸੋ ਉਹਨਾਂ ਨੂੰ ਪ੍ਰਮੋਸ਼ਨ ਕਰ ਰਹੇ ਨੇ, ਸੋ ਦੇ ਆਲ ਆਰ ਬਿਜ਼ੀ ਇਨ ਵਰਕ, ਸੋ ਡੋਂਟ ਹੈਵ ਟਾਈਮ ਫੋਰ ਦਿਸ, ਹੈ ਨਾ ਟੌਪਿਕ। ਉਹਨੇ ਬੋਲਣਾ ਤੇ ਮਾੜਾ ਹੀ ਆ, ਕਿਉਂ ਮਰ ਗਿਆ, ਕਿੰਨੇ ਮਾਰਤਾ ਉਹਨੇ, ਚਲੋ ਬਾਕੀ ਆਨੰਦ ਲੈਣ ਦਾ, ਤੇ ਠੀਕ ਹੈ ਨਾ। ਠੀਕ ਹੈ ਛੀਨਾ ਸਾਹਿਬ, ਕੀ ਹਾਲ ਤੁਹਾਡਾ? ਵਧੀਆ ਵਧੀਆ, ਤੁਸੀਂ ਵੀ ਚੜ੍ਹਦੀ ਕਲਾ ਚਲੋ ਭਰਾ, ਤੁਹਾਡੇ ਨਾਲ ਹੀ ਚੜ੍ਹਦੀ ਕਲਾ ਚ। ਰਿੰਕੂ ਜੀ ਕੀ ਹਾਲ ਹੈ? ਰਿੰਕੂ ਸੌਂਗਾ ਯਾਰ, ਟਾਈਮ ਦੇਖ ਲੈ ਕਿੰਨਾ ਹੋ ਗਿਆ, ਟਾਈਮ ਨਾਲ ਪੈ ਜਾਓ ਮਹਾਂਪੁਰਖੋ, ਸੌਂ ਜਾਓ ਟਾਈਮ ਨਾਲ, ਅੱਲਾ ਦੀ ਬੰਦਗੀ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ ਟਾਈਮ ਨਾਲ, ਚਲੋ ਆ ਠੀਕ ਹੈ, ਦੇਖ ਲਈ ਨਾ ਬਸ ਉਹਦੇ ਜੀ ਬਿਜ਼ੀ ਨੇ ਮਹਾਂਪੁਰਖ। ਆ ਕੀ ਹੈ ਸੈਂਟ 530 ਸਤਾਰ, ਵਾਹ ਜੀ ਵਾਹ, ਗ੍ਰੇਟ ਯਾਰ, ਇਹ ਤਾਂ ਘੈਂਟ ਹੀ ਕੰਮ ਕਰਤਾ ਸਿਰਾ ਹੀ, ਮੈਨੂੰ ਦੱਸਿਆ ਸੀ ਕਿਸੇ ਨੇ ਵੱਡੇ ਵੀਰ, ਮੈਂ ਤੁਹਾਨੂੰ ਸੱਚ ਨੀ ਝੂਠ ਨੀ ਬੋਲਦਾ, ਵੀ ਆ ਸਟਾਰ ਕਈ ਫੌਜਾਂ ਨੇ ਭੇਜੇ ਨੇ ਮੈਨੂੰ, ਮੈਨੂੰ ਦੱਸਿਆ ਕਿਸੇ ਨੇ, ਕਹਿੰਦੇ ਵੀ ਆ ਸਟਾਰਾਂ ਦੇ ਨਾਲ ਕੁਝ ਮਾਇਆ ਜਿਹੜੀ ਆ ਉਹ ਪੇਜ ਨੂੰ ਆਉਂਦੀ ਆ, ਤੇ ਜ਼ਰੂਰ ਜੇ ਹੁੰਦੀ ਤਾਂ ਆਪਾਂ ਜ਼ਰੂਰ ਇਕੱਠੀ ਕਰਾਂਗੇ ਬਾਈ, ਹੈ ਨਾ, ਕਿਉਂਕਿ ਮੈਨੂੰ ਨੌਲੇਜ ਨਹੀਂ ਇਹਦੇ ਬਾਰੇ, ਕਿਉਂਕਿ ਮੈਂ ਅੱਜ ਤੱਕ ਪਿੱਛੇ ਵੀ ਕਿਸੇ ਵੀਰ ਨੇ ਮੈਂ ਵੇਖਿਆ ਸੀ ਮੈਸੇਜ ਆਏ ਸੀਗੇ, ਤੇ ਅਜੇ ਤੁਹਾਨੂੰ ਜਾਣਕਾਰੀ ਹੈ ਤਾਂ ਮੈਨੂੰ ਜ਼ਰੂਰ ਦੱਸੋ ਵੀ ਕੀ ਹੈ। ਤੇ ਧੰਨਵਾਦ ਸਾਹਿਬ ਸਿੰਘ ਅਟਵਾਲ ਜੀ ਤੁਹਾਡਾ ਇਹ ਸੈਂਟ 530 ਸਟਾਰ, ਹੁਣ ਮੈਨੂੰ ਨੀ ਪਤਾ ਇਹ 530 ਸਟਾਰ ਕੀ ਹੈ ਵੀਰ, ਇਹ ਤੁਹਾਨੂੰ ਆਈਡੀਆ ਤਾਂ ਦੱਸਿਓ ਜ਼ਰੂਰ, ਜਿੱਥੇ ਲੋਕ ਸੋਚਣਗੇ ਵੀ ਕੀ ਹੈ। ਤੇ ਮੈਂ ਗੁਰਦਾਸਪੁਰ ਆਉਂਦਾ ਰਹਿੰਦਾ, ਗੇੜਾ ਕਦੇ ਕਦੇ ਵੱਜ ਜਾਂਦਾ ਹੈ। ਕੁਲਦੀਪ ਸਾਹਿਬ, ਉੱਪਲ ਸਾਹਿਬ ਕੀ ਹਾਲ ਹੈ? ਠੀਕ ਹੋ? ਮੈਂ ਵਧੀਆ, ਨਰਿੰਦਰ ਰੰਧਾਵਾ ਜੀ ਵਧੀਆ, ਤੇ ਪਵਨਦੀਪ ਸਿੰਘ ਮਰ ਗਿਆ, ਗੱਡੀ ਚੜ ਗਿਆ। ਗੁਰੀ ਹੁੰਦਲ ਜੀ ਕਰਾਵਾਂਗੇ ਇਸ ਵਾਰ ਨਾ, ਬਸ ਸਰਦੀਆਂ ਸ਼ੁਰੂਆਤ ਚ ਹੀ ਕਰਾ ਦਾਂਗੇ, ਤੇ ਮਾਫ਼ੀ ਦਿਓ ਇਸ ਵਾਰ ਥੋੜਾ ਜਿਹਾ ਕੇਸਾਂ ਗੁੱਸਾ ਕਰਕੇ ਉਲਝ ਗਏ ਸੀ, ਤੇ ਬਜਟ ਸਾਰਾ ਉਲਝਿਆ ਪਿਆ ਸੀ, ਕਿਉਂਕਿ ਪੱਲਿਓ ਲਾਈ ਦੇ ਜਿੰਨੇ ਲਾਈ ਦੇ, ਤੇ ਉਹ ਸਿਸਟਮ ਕੋਈ ਹੈ ਨਹੀਂ ਸੀ, ਘਰ ਘੁਰ ਵੀ ਹੁਣ ਤੁਹਾਨੂੰ ਪਤਾ ਹੀ ਰਹਿਣ ਤੇ ਰਹਿੰਦੇ, ਇਸ ਕਰਕੇ ਤੁਹਾਨੂੰ ਪਤਾ ਵੀ ਆਪਣਾ ਸਿਰੇ ਦਾ ਪ੍ਰੋਗਰਾਮ ਹੁੰਦਾ, ਤਾਂ ਕਰਕੇ ਨਹੀਂ ਕੀਤਾ। ਤੇ ਅੰਮ੍ਰਿਤਸਰ ਸਾਹਿਬ ਵੀ ਗੁਰੂ ਸਾਹਿਬ ਆਉਂਦੇ ਰਹੀਦਾ, ਪਰ ਮੈਸੇਜ ਘੱਟ ਕਰੀਦਾ, ਫਿਰ ਸੱਜਣ ਮਿੱਤਰ ਕਈ ਨਾ ਪਿਆਰ ਵਾਲੀ ਰੂਹਾਂ, ਉਹ ਕਹਿੰਦੇ ਆਓ ਮਿਲ ਕੇ ਜਾਓ, ਟਾਈਮ ਓਨਾ ਕੁ ਹੁੰਦਾ ਵੀ ਗਏ ਤੇ ਆਏ, ਇਸ ਕਰਕੇ ਤੁਰੇ ਦਾ ਸਫ਼ਰ ਤੇ ਰਹੀਦਾ ਗੁਰੀ ਵੀਰੇ, ਪਰ ਮਾਫ਼ੀ ਦਿਓ। ਪਰਸਨਲ ਜ਼ਰੂਰ ਤੁਸੀਂ ਮੈਨੂੰ ਵਟਸਐਪ ਕਰ ਦਿਓ, ਮੇਰਾ ਨੰਬਰ ਭੇਜ ਦੇ, ਜ਼ਰੂਰ ਜਦੋਂ ਆਏ ਤਾਂ ਦੱਸ ਕੇ ਆਵਾਂਗੇ। ਤੇ ਠੀਕ ਆ, ਸੋਹਣੇ ਆ।